ਫਿਰੋਜ਼ਪੁਰ 'ਚ ਧੁੰਦ ਦਾ ਕਹਿਰ ਸ਼ੁਰੂ ਹੋ ਚੁੱਕਾ ਅਤੇ ਧੁੰਦ ਦੇ ਚੱਲਦੇ ਡਰਾਈਵਰਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਡਰਾਈਵਰਾਂ ਦੇ ਮੁਤਾਬਕ ਧੁੰਦ ਦੇ ਕਾਰਨ ਉਹਨਾਂ ਨੂੰ ਗੱਡੀਆਂ ਦੀ ਸਪੀਡ ਘੱਟ ਰੱਖਣੀ ਪੈਂਦੀ ਏ ਅਤੇ ਇਸ ਤੋਂ ਇਲਾਵਾ ਸੜਕਾਂ ਟੁੱਟੀਆਂ ਹੋਈਆਂ ਨੇ ਜਿਸ ਦੇ ਕਾਰਨ ਸੜਕਾਂ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਡਰਾਈਵਰਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਦੀਆਂ ਮੁਸ਼ਕਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਬਾਈ ਜੀ, ਗੱਡੀਆਂ ਚਲਾਉਣੀਆਂ ਬਹੁਤ ਔਖੀਆਂ ਨੇ ਜੀ, ਧੁੰਦ ਬਹੁਤ ਆ, ਸੜਕਾਂ ਟੁੱਟੀਆਂ ਪਈਆਂ ਨੇ, ਡਿਵਾਈਸਨ ਕੋਈ ਲੱਗੇ ਨਹੀਂ ਹੋਏ, ਠੀਕ ਆ, ਸੜਕਾਂ ਦਾ ਪਤਾ ਨਹੀਂ ਲੱਗਦਾ ਅਸੀਂ ਕਿੱਧਰ ਦੀ ਜਾਈਏ ਕਿਵੇਂ ਜਾਈਏ, ਦੋ ਦੋ ਘੰਟੇ ਲੱਗ ਜਾਂਦੇ 30 ਕਿਲੋਮੀਟਰ ਜਾਣ ਦੇ। ਸਰਕਾਰਾਂ ਸਾਡੀਆਂ ਕੁਛ ਨਹੀਂ ਕਰਦੀਆਂ, ਠੀਕ ਹੈ, ਡਰਾਈਵਰਾਂ ਬਾਰੇ ਕੁਛ ਸੋਚਦੀਆਂ ਨਹੀਂ, ਡਰਾਈਵਰ ਵੀ ਤਾਂ ਬੰਦੇ ਹੀ ਹੁੰਦੇ ਆ, ਠੀਕ ਆ, ਅਤੇ ਇਹਨਾਂ ਨੂੰ ਚਾਹੀਦਾ ਸਰਕਾਰ ਨੂੰ ਕਿ ਡਿਵਾਈਸਨ ਲਾਉਣ ਥਾਂ ਥਾਂ 'ਤੇ ਜਾਂ ਵਾਈਟ ਪੱਟੀ ਦੇਣ ਕਿ ਸਾਨੂੰ ਤਕਲੀਫ ਨਾ ਹੋਵੇ ਗੱਡੀ ਚਲਾਉਣ 'ਚ, ਐਕਸੀਡੈਂਟ ਬਹੁਤ ਹੁੰਦੇ ਆ ਸਰਦੀਆਂ ਦੇ ਵਿੱਚ, ਠੀਕ ਆ, ਅਤੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਥੋੜ੍ਹਾ ਬਹੁਤ ਸੋਚਣ ਵੀ ਅਸੀਂ ਸੜਕਾਂ 'ਤੇ ਚੱਲਣਾ ਹੁੰਦਾ ਦਿਨ ਰਾਤ, ਸਾਡੇ ਵੀ ਬਾਲ ਬੱਚੇ ਹੈ, ਠੀਕ ਹੈ, ਇਹ ਸਰ 20 'ਤੇ ਜਾਣਾ ਪੈਂਦਾ ਜੀ, ਵੀਹ ਦੀ ਸਪੀਡ 'ਤੇ ਚਾਹੀਦਾ, ਠੀਕ ਹੈ ਜੀ, ਅੱਗੇ ਪਤਾ ਨਹੀਂ ਟਰਾਲੀ ਖੜੀ ਹੋਵੇ, ਡਰੈਕਟਰ ਖੜਾ ਹੋਵੇ, ਰਿਫਲੈਕਟਰ ਨਹੀਂ, ਕੁਛ ਨਹੀਂ ਲੱਗਿਆ ਹੁੰਦਾ, ਰਿਸਕ ਸਾਡੀ ਜਾਣ 'ਤੇ ਹੈ ਜੀ। ਬੜੀ ਅਫਵਾਹੀ ਆ ਰਹੀ ਆ, ਅਸੀਂ ਧੁੰਦ ਦੇ ਵਿੱਚ ਗੱਡੀਆਂ ਬੜੀਆਂ ਔਖੀਆਂ ਚਲਾ ਰਹੇ ਹਾਂ, ਜਿਸ ਤਰ੍ਹਾਂ ਕਿ ਫਿਰੋਜ਼ਪੁਰ ਤੋਂ ਜਾਣਾ ਹੋਵੇ ਘੰਟਾ ਲੱਗਦਾ, ਸਾਨੂੰ 2-2 ਘੰਟੇ ਲੱਗ ਜਾਂਦੇ ਆ ਜੀਰੇ ਜਾਣ ਤੱਕ, ਇਸ ਕਰਕੇ ਅਸੀਂ ਬਹੁਤ ਪ੍ਰੋਬਲਮ ਆ ਰਹੀ, ਪਹਿਲੀ ਧੁੰਦ ਪਈ ਹੈ ਜੀ। ਫਿਰੋਜ਼ਪੁਰ ਤੋਂ ਅਕਸ਼ੇ ਗਲਹੋਤਰਾ ਦੀ ਰਿਪੋਰਟ, ਦੈਨਿਕ ਸਵੇਰਾ TV।